ਹਲੋ ਦੋਸਤੋ ਅੱਜ ਆਪਣਾ ਆਪਣਾ 8th ਦਾ ਮੈਥ ਦਾ ਪੇਪਰ ਹੋਇਆ ਉਹਦੇ ਸੋਲੂਸ਼ਨ ਕੀਤੇ ਗੱਲ ਕਰਦੇ ਆ ਉਮੀਦ ਕਰਦਾ ਤੁਹਾਡਾ ਪੇਪਰ ਬਹੁਤ ਵਧੀਆ ਹੋਇਆ ਹੋਣਾ ਲੈਟ ਅ ਸਟਾਰ ਛੇਠਾ ਲਿਖਿਆ ਵਿੱਚੋਂ ਕਿਹੜਾ ਜੋੜ ਦਾ ਸਹਿਚਾਰਤਾਤਾ ਹੋਣਾ ਹੈ ਸਹਿਚਾਰਤਾ ਐਸੋਸੀਏਟਿਵ ਆਪਸ਼ਨ ਰੇ ਛੇਠਾ ਲਿਖਿਆ ਵਿੱਚੋਂ ਕਿਹੜੀ ਸੰਖਿਆ ਦਾ ਗੁਨਾਤਮਕ ਉਲਟ ਮਲਟੀਪਲੀਕੇਟਿਵ ਇਨਵਰਸ ਸੰਭਵ ਨਹੀਂ ਜ਼ੀਰੋ ਦਾ ਇਹਨੂੰ ਸੋਲਵ ਕਰਾਂਗੇ ਐਕਸ ਇਧਰ ਆਜੂ ਘਟਾਓ ਹੋਜੂ ਤਿੰਨ ਉਧਰ ਜਾ ਕੇ ਪਲੱਸ ਹੋਜੂ ਤਾਂ ਐਕਸ ਦੀ ਵੈਲਿਊ ਕੀ ਆ ਜਾਣੀ ਹੈ 5 ਆ ਜਾਣੀ ਹੈ ਅਗਰ ਸਮਾਂਤਰ ਚਤੁਰਭੁਜ ਜਾਂ ਸੰਮੁਖ ਪੁਜਾਮਾ ਤੇ ਆਪਾਂ ਨੂੰ ਪਤਾ ਹੈ ਉਹ ਕੀ ਹੁੰਦਿਆਂ ਨੇ ਬਰਾਬਰ ਹੁੰਦਿਆਂ ਨੇ ਤਾਂ ਸੋਲਵ ਕਰਾਂਗੇ x ਦੀ ਕੀਮਤ ਕਿੰਨੀ ਆ ਜਾਣੀ ਹੈ 4 ਆ ਜਾਣੀ। ਨੈਕਸਟ ਟੋਟਲ ਅਗਰ ਇਹ ਸੰਖਿਆਮਗਨਾਂਗੇ 8 ਹੈ ਤਾਂ ਅਨਸਰ ਕੀ ਆ ਗਿਆ 8² ਆ ਗਿਆ √625 ਦਾ ਇਕਾਈ ਅੰਕ ਉਹ ਜਦੋਂ ਇਹਨੂੰ ਸੋਲਵ ਕਰਾਂਗੇ 25 ਆ ਗਿਆ ਤਾਂ ਕਲੀਅਰ ਹੈ ਤਾਂ ਅਨਸਰ ਕੀ ਆ ਗਿਆ 5 ਆ ਗਿਆ। 108 ਨੂੰ ਕਿਹੜੀ ਸੰਖਿਆ ਨਾਲ ਗੁਣਾ ਕੀਤਾ ਜਾਵੇ ਪੂਰਨ ਘਣ ਬਣ ਜਾਏਗਾ 2 ਨਾਲ। 2 ਨਾਲ ਗੁਣਾ ਕਰਾਂਗੇ 216 ਆ ਜਾਣਾ ਹੈ। ATM ਦਾ ਅਰਥ ਹੈ ਆਟੋਮੈਟਿਕ ਟੈਲਰ ਮਸ਼ੀਨ। ਦੋ ਪਦੀ ਬਾਈਨੋਮੀਅਲ ਆ ਰਹੀ ਅਗਰ ਕਿਸੇ ਘਣ ਦੀ ਪੂਜਾ ਦੁੱਗਣੀ ਕੀਤੀ ਜਾਂਦੀ ਹੈ ਤਾਂ ਖੇਤਰਫਲ ਉਹਦਾ ਚਾਰ ਗੁਣਾ ਹੋ ਜਾਵੇਗਾ ਵਿਕਰਣ 4 ਅਤੇ 6 ਵਾਲੀ ਸਮਚਤ੍ਰਪੂਜਾ ਦਾ ਖੇਤਰਫਲ 1/2 ਗੁਣਾ ਵਿਕਰਣਾਂ ਦੇ ਗੁਣਾ ਆਨਸਰ ਇਹ ਆ ਗਿਆ ਪੂਰੇ ਘਾਤ ਦੀ ਘਾਤ ਤਾਂ ਆਪਸ ਗੁਣਾ ਹੋ ਜਾਂਦੀਆਂ 5 ਦੀ ਘਾਤ 12 ਇਹਨੂੰ ਜਦੋਂ ਸੋਲਵ ਕਰਾਂਗੇ ਆਪਣਾ ਕਿੰਨਾ ਆ ਗਿਆ 16000 ਦਾਸਤ x ਅਤੇ 12 ਵਜ ਦਾ ਸਾਂਝਾ ਗੁਨਨਖੰਡ ਇਹ ਆ ਗਿਆ 2y ਬਿੰਦੂ 2 7 ਦਾ ਪੂਜ 2 ਇਹਨੂੰ ਸੋਲਵ ਕਰਾਂਗੇ ਕਿੰਨਾ ਅਨਸਰ ਆਦੂ 4ab ਨੈਕਸਟ ਇੱਕ ਵਰਗ ਦੇ ਵਿਕਰਨ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੇ ਹਨ ਪਾਈ ਚਾਰਟ ਵਿੱਚ ਸਾਰੇ ਕੋਨਾਂ ਦਾ ਜੋੜ 360 ਹੁੰਦਾ ਹੈ ਟਾਂਕ ਸੰਖਿਆ ਦਾ ਵਰਗ ਹਮੇਸ਼ਾ ਟਾਂਕ ਹੁੰਦਾ ਹੈ ਜੇਕਰ ਕਿਸੇ ਪੂਰਨ ਘਣ ਦਾ ਇਕਾਈ ਅੰਕ 2 ਹੋਵੇ ਤਾਂ ਉਸ ਦਾ ਘਣਮੂਲ 8 ਹੋਵੇਗਾ ਜੀਐਸਟੀ ਵਿੱਚ ਪੰਜ ਟੈਕਸ ਸਲੈਬਾਂ ਨੇ ਇਹ ਫਾਰਮੂਲਾ ਬਣ ਗਿਆ m+n ਕਾਰਟੇਜ਼ੀਅਨ ਸੰਤਲ ਵਿੱਚ ਲੇਟਵੀ ਰੇਖਾ ਨੂੰ x ਤੁਰਾ ਕਹਿੰਦੇ ਇਹ ਹੈ ਕਿ ਤੁਹਾਨੂੰ ਰੇਖੀ ਸਮੀਕਰਨ ਹੈ ਗਲਤ ਆਇਤਾਵਿਕਨ ਬਰਾਬਰ ਹੁੰਦੇ ਹੈ ਸਹੀ ਜਦੋਂ ਇੱਕ ਸਿੱਕੇ ਨੂੰ ਛਾਲ ਲੈਂਦਾ ਤਾਂ ਕੁੱਲ ਦੋ ਨਤੀਜੇ ਹੁੰਦੇ ਨੇ ਇੱਕ ਪਦੇ ਨੂੰ ਦੋ ਪਦੇ ਨਾਲ ਗੁਣਾ ਕਰਨ ਤੇ ਦੋ ਪਦੇ ਹੀ ਆਵੇਗਾ ਇਹ ਵੀ ਗਲਤ ਹੈ ਚਮਚਤਰਪੂਜਾ ਖੇਤਰਫਲ ਦਾ 1/2 ਤਾਂ ਗਲਤ ਹੋ ਗਿਆ ਅਗਰ ਇੱਕ રાશિ ਵਿੱਚ ਵਾਧਾ ਹੋਵੇ ਤੇ ਦੂਜੀ રાશિ ਵਿੱਚ ਵਾਧਿਆ ਤਾਂ ਸਿੱਧਾ ਅਨੁਪਾਤ ਹੁੰਦਾ ਹੈ ਬਿਲਕੁਲ ਸਹੀ ਇੱਥੇ ਫਾਰਮੂਲਾ ਇਹਨੂੰ ਸੋਲਵ ਕਰਾਂਗੇ 1 2 5/6 ਪਰ ਗੁਣਾਤਮਕ ਉਲਟਕ ਹੈ ਆਨਸਰ 6/5 ਅਪਾ ਜੁਨਖੰਡਾ 700 ਰਤੀ ਦਾ ਜਦੋਂ ਵਰਗਮੂਲ ਕਰਾਂਗੇ 3 6 ਵਾਰ ਆ ਜਾਣਾ ਹੈ ਤੁਹਾਡਾ ਜਦੋਂ 3 6 ਵਾਰ ਆ ਜਾਣਾ ਤਾਂ ਵਰਗਮੂਲ ਕਿੰਨਾ ਆਜੂਗਾ 22 ਆ ਜਾਣਾ ਨੈਕਸਟ ਉਹ ਛੋਟੇ ਛੋਟੇ ਸੰਖਿਆ ਪਤਾ ਕਰੋ 81 ਨੂੰ ਗੁਣਾ ਕਰਨ ਤੇ ਪੂਰਨ ਘਣ ਬਣ ਜਾਵੇ ਤੇ ਪੂਰਨ ਘਣ ਲਈ ਆਪਾਂ ਇਹਨੂੰ 9 ਨਾਲ ਗੁਣਾ ਕਰਾਂਗੇ ਕਿਉਂਕਿ ਇਹ 3 4 ਵਾਰ ਆਉਂਦਾ ਆ ਪੂਰਨ ਘਣ ਇੱਕ ਤਿੰਨ ਵਾਰ ਹੈ ਤਾਂ ਆਪਾਂ ਦੋ ਵਾਰ ਹੋਰ ਕਰਾਂਗੇ ਪੀ ਦਾ ਮੁੱਲ ਪਤਾ ਕਰੋ ਪੂਰੇ ਵੰਡਾ ਦੇਖੋ ਉੱਪਰ ਘਾਤਾਂ ਦਾ ਘਟਾ ਹੋ ਜਾਊਗਾ ਬਰਾਬਰ ਹੈ 5 ਮਾਈਨਸ ਮਾਈਨਸ ਪਲੱਸ 3 ਬਰਾਬਰ ਹੈ 5 ਤੋਂ ਪੀ ਆ ਗਿਆ 5 ਮਾਈਨਸ 3 ਬਰਾਬਰ ਹੈ ਨੈਕਸਟ ਆਹ ਕੁਐਸਚਨ ਸੋਲਵ ਕਰਦੇ ਆਪਾਂ ਕੁਐਸਚਨ ਨੂੰ 12 ਨਾਲ ਗੁਣਾ ਕਰਨਾ ਹੈ ਸੌਖਾ ਬਣਾਉਣ ਲਈ ਤਾਂ ਪਹਿਲੀ ਸੰਖਿਆ 6 ਐਨ ਬਣ ਜੂ ਤੇ ਉਹ ਤੇ ਉਹ 9 ਐਨ ਇਸ ਤਰ੍ਹਾਂ ਜੁ 10 ਐਨ ਬਰਾਬਰ ਹੈ 252 16 ਮਾਈਨਸ 97 ਬਰਾਬਰ ਹੈ 255 n ਆ ਗਿਆ 252 ਵਟੇ 7 36 36 ਆਪਣਾ ਆਨਸਰ ਆ ਗਿਆ ਹੁਣ ਅਗਰ ਆ 105 ਹੈ ਆ ਵੀ 105 ਹੋਊਗਾ ਇਹਨੂੰ ਹੱਲ ਕਰਾਂਗੇ ਆ 75 ਤੇ 75 ਆ ਜਾਏ ਇਹ ਆਪਣਾ ਜੋੜ ਕਰਨਾ ਹੈ ਇਹਦੇ ਵਿੱਚ ਆ ਜੋੜੂ -x ਦੀ ਦੋ y ਦੀ ਦੋ -3x 7x 4 4 5 9 ਇਹ ਆਨਸਰ ਆ ਗਿਆ کاغذ ਜਾਂ ਬਣਾ ਸ਼ਿੱਟਾਂ ਦਾ ਭਾਰ 36 ਹੈ 100 ਗ੍ਰਾਮ ਇਹ ਆਨਸਰ ਕਿੰਨਾ ਆਜੂਗਾ 100 ਆਜੂਗੇ ਠੀਕ 15 ਆਦਮੀ 24 ਘੰਟੇ ਕੰਮ ਕਰਦੇ ਤਾਂ 30 ਘੰਟੇ ਐ ਮੈਂ ਇੱਥੇ ਸਿੱਧਾ ਲਿਖ ਰਿਹਾ ਇਹਨੂੰ ਸੋਲਵ ਕਰਾਂਗੇ ਤੁਹਾਡਾ ਉਹ ਕਿੰਨਾ 12 ਆਨਸਰ ਨੈਕਸਟ ਇਹਦੇ ਜਦੋਂ ਫੈਕਟਰ ਬਣਾਵਾਂਗੇ ਇਹ ਆ ਗਿਆ x 3 x 11 ਇਹਨੂੰ ਸੋਲਵ ਕਰਾਂਗੇ x 3 x 3 ਆ ਰਿਹਾ ਆਹ ਇਹਦਾ ਬਣ ਗਿਆ ਆਹ ਇਹਦਾ ਬਣ ਗਿਆ ਗ੍ਰਾਫ ਦਿੱਤਾ ਹੋਇਆ ਕੁਐਸਚਨ ਪੁੱਛਨੇ ਆ 2 ਵਜੇ 2 ਵਜੇ ਰੋਗੀ ਦਾ ਟੈਂਪਰੇਚਰ ਆਸੇ ਦੇਖੋ ਕਿੰਨਾ 101 ਡਿਗਰੀ ਫਾਰਨਹਾਈਟ 3 ਵਜੇ ਕਿੰਨਾ 99 ਡਿਗਰੀ ਫਾਰਨਹਾਈਟ 100 ਡਿਗਰੀ ਕਦੋਂ ਹੈ ਦੋ ਟਾਈਮ ਹੈ ਇੱਕ 12 ਵਜੇ ਇੱਕ 1 ਇੱਕ ਕਿਹੜੇ ਦੋ ਸਮੇਂ ਦੌਰਾਨ ਤਾਪਮਾਨ ਇੱਕੋ ਜਿਹਾ ਸੀ ਦੇਖੋ ਇੱਕ ਇੱਥੇ ਸੀ ਕਿੱਥੇ ਸੀ ਤਾਂ 10 ਤੋਂ 11 ਅਤੇ 12 ਤੋਂ ਨੈਕਸਟ ਬਾਰੰਬਾਰਤਾ ਸਾਰਣੀ ਬਣਾਉਣੀ ਹੈ ਤੇ ਇੱਥੇ ਗੋਲ ਨਕਸ਼ਾ ਬਣਾਣਾ ਹੈ ਇਹਦੇ ਜਦੋਂ ਕੋਣ ਬਣਾਉਗੇ ਮੈਂ ਸਿੱਧਾ ਲਿਖ ਰਿਹਾ ਹਾਂ ਉਹਨੇ 50 ਡਿਗਰੀ ਦਾ ਬਣ ਜੂਏ 150 ਦਾ ਬਣ ਜੂਏ 60 ਦਾ ਬਣ ਜੂਏ ਏ 457535 ਤਾਂ ਤੁਹਾਡੇ ਆ ਬਣ ਜਾਣਗੇ ਉਦੋਂ ਉਹਦੇ ਨੂੰ ਕੋਲ ਨਕਸ਼ਾ ਦਿੱਤਾ ਇੱਕ ਸ਼ਹਿਰ ਦੀ ਜਨਸੰਖਿਆ 15000 4% ਦਾ ਹਨਾ ਦੋ ਸਾਲਾਂ ਵਿੱਚ ਉਹ ਸੋਲਵ ਕਰਾਂਗੇ ਦੋਸਤੋ ਮੈਂ ਸਿੱਧਾ ਲਿਖ ਰਿਹਾ ਇਹ ਬਣਜੂ 26 25 26 25 25 6 ਦਾ 150 600 25 24 ਆ ਗੁਣਾ ਕਰ ਲਿਓ ਇਹ ਤੁਹਾਡਾ ਆਨਸਰ 1920 ਅੰਕਿਤ ਮੁੱਲ ਹੈ ਇੱਕ ਪੈਕ 1840 ਚ ਵੇਚਿਆ ਗਿਆ ਤਾਂ ਕਟੌਤੀ 80 ਹੋਗੀ ਦੂਜਾ ਆਨਸਰ ਕਿੰਨਾ ਕਹਿੰਨਾ ਹੈ ਪ੍ਰਤੀਸ਼ਤ 80/920 100 ਆਪਾਂ ਹੱਲ ਕਰਨਾ ਕਹਿੰਦੇ ਸੰਦੀਪ ਕੋਲ ਇੱਕ ਪਲਾਟ ਡਾਇਗਰਾਮ ਦੇ ਦਿੱਤੀ ਹੈ ਕਹਿੰਦੇ ਬਗੀਚਾ ਬਣਾਣਾ ਹ 60 ਬਗੀਚੇ ਬਣਾਣਾ ਖੁੱਲ ਸੱਤੋੜੀ ਦਾ ਬਗੀਚਾ ਦੇਖੋ ਇੱਥੇ ਆ ਪਹਿਲੀ ਗੱਲ ਸਾਰੇ ਦਾ ਖੇਤਰਫਲ ਮਾਈਨਸ ਅੰਦਰਲੇ ਦਾ ਖੇਤਰਫਲ 625 300 ਕਿੰਨਾ ਆ ਗਿਆ 325 ਉਸ ਤੋਂ ਬਾਅਦ ਬਗੀਚੇ ਦਾ 60 ਵਾਂ ਗੁਣਾ ਕਰ ਦਾਂਗੇ ਇਹ ਆ ਗਿਆ ਤੁਹਾਡਾ 00518 ਦੇ ਕੋਡ ਇੱਕ ਬੰਦ ਸਿਲੰਡਰਾ ਕਾਲ ਟੈਂਕ ਹੈ ਅਰਧ ਵਿਆਸ 7 ਮੀਟਰ ਦੇ ਤਾਂ ਉਚਾਈ 3 ਮੀਟਰ ਦਿੱਤੀ ਤਾਂਤ ਦੀ ਸ਼ੀਟ ਦਾ ਬਣਿਆ ਤਾਂ ਕੁੱਲ ਸਰਫੇਸ ਏਰੀਆ ਕੱਢਾਂਗੇ ਟੋਟਲ 2 पाई r h r 2 2 7 7 7 3 440 ਸਕਰ ਮੀਟਰ ਆ ਗਿਆ ਤੇ 20 ਰੁਪਏ ਦਾ ਖਰਚਾ ਕਿਹਾ ਪ੍ਰਤੀ ਰਸਾ ਹਮ ਲੋਗ ਇਹ ਆ ਗਿਆ 8800 ਦੇ ਦੋਸਤੋ ਮੈਂ ਉਮੀਦ ਕਰਦਾ ਤੁਹਾਡਾ ਪੇਪਰ ਵਧੀਆ ਹੋਇਆ ਹੋਣਾ ਤੁਹਾਡੇ ਕਿੰਨੇ ਨੰਬਰ ਬਣ ਰਿਹਾ ਕਮੈਂਟ ਜ਼ਰੂਰ ਥੈਂਕ ਯੂ